ਪੰਜਾਬ ਵਿੱਚ ਪਿਛਲੇ 2-3 ਦਿਨ ਤੋਂ ਲਗਾਤਾਰ ਪੈ ਰਹੀ ਬਰਸਾਤ ਦਾ ਅਸਰ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਬੇਸ਼ੱਕ ਅੱਜ ਬਰਸਾਤ ਰੁਕੀ ਹੋਈ ਹੈ ਅਤੇ ਮੌਸਮ ਪੂਰਾ ਤਰ੍ਹਾਂ ਖੁੱਲ੍ਹ ਚੁੱਕਿਆ, ਪਰ ਇਸ ਬਰਸਾਤ ਦਾ ਵੱਡਾ ਇਫੈਕਟ ਪੰਜਾਬ ਦੇ ਵਿੱਚ ਵੱਖ ਵੱਖ ਸੜਕਾਂ 'ਤੇ ਦੇਖਣ ਨੂੰ ਮਿਲ ਰਿਹਾ। ਲੁਧਿਆਣਾ ਦੇ ਵਿੱਚ ਵੀ ਸਿਟੀ ਸੈਂਟਰ ਦੇ ਨਾਲ ਲੱਗਦੀ ਜਿਹੜੀ ਸੜਕ ਆ ਉਸ ਦੇ ਵਿੱਚ ਕਾਫੀ ਵੱਡਾ ਪਾੜ ਪੈ ਗਿਆ। ਤੁਸੀਂ ਦੇਖ ਸਕਦੇ ਹੋ ਸਿਟੀ ਸੈਂਟਰ 'ਤੇ ਜਿਹੜੀ ਇਮਾਰਤ ਬਣਨ ਜਾ ਰਹੀ ਸੀ ਪਿਛਲੇ ਕਾਫੀ ਸਾਲਾਂ ਤੋਂ, ਇਹ ਇਮਾਰਤ ਬੰਦ ਪਈ ਹੈ ਅਤੇ ਇਸ ਦੇ ਸੜਕ ਜਿਹੜੀ ਹੈਗੀ ਆ ਉਸ ਦੇ ਵਿੱਚ ਮਿੱਟੀ ਕਾਫੀ ਵੱਡੀ ਗਿਣਤੀ ਦੇ ਵਿੱਚ ਬਹਿ ਗਈ ਆ ਬਰਸਾਤ ਦੇ ਪਾਣੀ ਨਾਲ। 15 ਤੋਂ 20 ਫੁੱਟ ਡੂੰਗੀ ਮਿੱਟੀ ਜਿਹੜੀ ਹੈਗੀ ਆ, ਤੁਸੀਂ ਦੇਖ ਸਕਦੇ ਹੋ ਕਿ ਸੜਕ ਦਾ ਜਿਹੜੀ ਮਿੱਟੀ ਹੈਗੀ ਆ ਸੜਕ 'ਤੇ ਬਿਲਕੁਲ ਨਾਲੋਂ ਨਾਲ ਇੱਥੋਂ ਦੀ ਰੁੜ ਗਈ ਹੈ ਅਤੇ ਸੜਕ ਨੂੰ ਬਲੋਕ ਕਰ ਦਿੱਤਾ ਗਿਆ। ਅਤੇ ਇਹ ਇਮਾਰਤ ਦੇ ਬਾਰੇ ਦੱਸਣਾ ਚਾਹਾਂਗਾ ਕਿ ਪਿਛਲੀ ਕੈਪਟਨ ਸਰਕਾਰ ਦਾ ਇਹ ਡ੍ਰੀਮ ਪ੍ਰੋਜੈਕਟ ਸੀਗਾ ਸਿਟੀ ਸੈਂਟਰ, ਜਿਸ ਨੂੰ ਏਸ਼ੀਆ ਦੀ ਸਭ ਤੋਂ ਵੱਡੀਆਂ ਇਮਾਰਤਾਂ ਦੇ ਵਿੱਚੋਂ ਸ਼ਾਮਿਲ ਕਰਨਾ ਸੀਗਾ, ਪਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਇਮਾਰਤ ਦੇ ਉੱਤੇ ਬਣਨ ਦੇ ਵਿੱਚ ਘੁਟਾਲੇ ਨੂੰ ਲੈ ਕੇ ਇਸ ਦੇ ਉੱਤੇ ਕੇਸ ਕੀਤਾ ਗਿਆ। ਅਤੇ ਉਸ ਤੋਂ ਬਾਅਦ ਪਿਛਲੇ ਕਈ ਸਾਲਾਂ ਤੋਂ ਇਹ ਸਿਟੀ ਸੈਂਟਰ ਦਾ ਜਿਹੜਾ ਨਿਰਮਾਣ ਹੈ ਬੰਦ ਹੋਇਆ ਹੋਇਆ ਅਤੇ ਇਮਾਰਤ ਖੰਡਰ ਬਣ ਕੇ ਰਹਿ ਗਈ ਹੈ। ਅਤੇ ਹੁਣ ਸਾਡੇ ਨਾਲ ਕੁਛ ਇਲਾਕਾ ਨਿਵਾਸੀ ਵੀ ਮੌਜੂਦ ਨੇ, ਕੀ ਕਹਿਣਾ ਚਾਹੋਗੇ ਜੀ, ਇਹ ਕੀ ਹਾਦਸਾ ਹੋਇਆ, ਕਦੋਂ ਦਾ ਹਾਦਸਾ ਵਾ, ਸੜਕ ਕਿਸ ਤਰ੍ਹਾਂ ਬੈਠੀ ਹੈ ਜੀ? ਹੈਲੋ ਜੀ, ਰਾਜ ਸਭਾ ਆਈ ਜੀ, ਉਸ ਵਾਸਤੇ ਸੜਕ ਬਲੋਕ ਹੋ ਚੁੱਕੀ ਸੀ ਜੀ, ਅਤੇ ਇੱਥੇ ਅਸੀਂ ਬਾਹਰੋਂ ਲੱਕੜਾਂ ਚੱਕ ਕੇ ਇੱਥੇ ਲਾਈਆਂ, ਗੇਟ ਬੰਦ ਕਰਿਆ, ਸੜਕ ਜੀ ਰੋਕੀ। ਕਿੰਨੀ ਕੁ ਮਿੱਟੀ ਬੈਠ ਗਈ? ਮਿੱਟੀ ਘੱਟੋ ਘੱਟ 15-20 ਫੁੱਟ ਬੈਠ ਗਈ ਥੱਲੇ ਜੀ। ਅਤੇ ਪਹਿਲਾਂ ਵੀ ਇਸ ਤਰ੍ਹਾਂ ਦੇ ਹਾਦਸੇ ਹੋਏ? ਹਾਂਜੀ ਹਾਂਜੀ, ਬਹੁਤ ਹੋਇਆ ਜੀ, ਅਸੀਂ ਸ਼ਹੀਦ ਭਗਤ ਸਿੰਘ ਨਗਰ 'ਚ ਰਹਿੰਦੇ ਹਾਂ ਜੀ। ਕੀ ਕਹਿਣਾ ਚਾਹੋਗੇ ਜੀ, ਇਹ ਕਦੋਂ ਦਾ ਹਾਦਸਾ ਅਤੇ ਤੁਸੀਂ ਸਵੇਰ ਤੋਂ ਹਾਦਸਾ ਦੇਖਿਆ? ਤਦ ਦਾ ਮਤਲਬ ਹਲੇ ਤੱਕ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ, ਫਿਰ ਵੀ ਅਸੀਂ ਆਲੇ ਦੁਆਲੇ ਤੋਂ ਲੱਕੜਾਂ ਇਕੱਠੀਆਂ ਕਰਕੇ ਤਾਂ ਕਿ ਕੋਈ ਹਾਦਸਾ ਨਾ ਵਾਪਰੇ, ਇਸ ਕਰਕੇ ਇਸ ਨੂੰ ਕੰਪਲੀਟ ਕੀਤਾ, ਪ੍ਰਸ਼ਾਸਨ ਨੂੰ ਅਸੀਂ ਆਗਾਹ ਕਰਤਾ। ਹੁਣ ਰੋਕ ਬਲੋਕ ਕੀਤੀ ਗਈ ਹੈ, ਇੱਕ ਬਲੋਕ ਕਿੰਨੇ ਵੱਲੋਂ ਕੀਤੀ ਗਈ ਹੈ? ਇਹ ਤਾਂ ਇਹਨਾਂ ਨੇ ਪੱਟੀ ਲਾ ਦਿੱਤੀ ਹੈ ਜੀ, ਮੁਹੱਲੇ ਨਿਵਾਸੀਆਂ ਨੇ ਹੀ, ਤਾਂ ਕਿ ਕੋਈ ਕਾਰੋਬਾਰ ਇੱਧਰੋਂ ਨਾ ਨਿਕਲੇ, ਤਾਂ ਕਿ ਕੋਈ ਹਾਦਸਾ ਕੱਲ੍ਹ ਨੂੰ ਹੋ ਨਾ ਸਕੇ, ਉਹਦੇ ਬਚਾਅ ਵਾਸਤੇ ਕੀਤਾ ਗਿਆ ਜੀ। ਬਿਲਕੁਲ, ਇਹ ਸੀਗੇ ਮੁਹੱਲਾ ਨਿਵਾਸੀ ਜਿਹੜੇ ਸਿਟੀ ਸੈਂਟਰ ਦੇ ਬਿਲਕੁਲ ਆਲੇ ਦੁਆਲੇ ਰਹਿੰਦੇ, ਉਹਨਾਂ ਦਾ ਕਹਿਣਾ ਕਿ ਉਹਨਾਂ ਵੱਲੋਂ ਇਸ ਸਾਰੀ ਚੀਜ਼ ਨੂੰ ਦੇਖਿਆ ਗਿਆ ਅਤੇ ਸੜਕ ਦੀ ਜਿਹੜੀ ਮਿੱਟੀ ਆ ਕਾਫੀ ਬਹਿ ਚੁੱਕੀ ਸੀਗੀ ਅਤੇ ਵੱਡਾ ਹਾਦਸਾ ਨਾ ਹੋਵੇ, ਇਸ ਕਰਕੇ ਉਹਨਾਂ ਨੇ ਉਹਨਾਂ ਵੱਲੋਂ ਸੜਕ ਨੂੰ ਬਲੋਕ ਕਰ ਦਿੱਤਾ ਗਿਆ ਅਤੇ ਪ੍ਰਸ਼ਾਸਨ ਨੂੰ ਇਸ ਬਾਬਤ ਇਤਲਾਹ ਦਿੱਤੀ ਗਈ ਹੈ। ਪਰ ਸਵੇਰ ਤੋਂ ਲੈ ਕੇ ਹੁਣ ਦੁਪਹਿਰ ਹੋਣ ਨੂੰ ਆ ਗਈ ਹੈ ਅਤੇ ਹਾਲੇ ਤੱਕ ਪ੍ਰਸ਼ਾਸਨ ਦਾ ਕੋਈ ਵੀ, ਚਾਹੇ ਉਹ ਨਗਰ ਨਿਗਮ ਦੇ ਅਧਿਕਾਰੀ ਹੋਣ, ਚਾਹੇ ਇੰਪਰੂਵਮੈਂਟ ਟਰੱਸਟ ਦੇ ਅਧਿਕਾਰੀ ਹੋਣ, ਕੋਈ ਵੀ ਇੱਥੇ ਮੌਕੇ 'ਤੇ ਨਹੀਂ ਪਹੁੰਚਿਆ ਅਤੇ ਬੇਸ਼ੱਕ ਵੱਡਾ ਹਾਦਸਾ ਹੋਣ ਤੋਂ ਬਚ ਗਿਆ, ਪਰ ਇੱਕ ਚਿੰਤਾ ਦਾ ਵਿਸ਼ਾ ਹੈ ਕਿ ਪਿਛਲੇ ਕਈ ਸਾਲਾਂ ਤੋਂ ਜਿਹੜੀ ਇਮਾਰਤ ਬਣਨ ਤੋਂ ਰੁਕੀ ਹੋਈ ਹੈ ਅਤੇ ਇਸ ਦੇ ਵਿੱਚ ਪਿਛਲੇ ਕਈ ਸਾਲਾਂ 'ਚ ਵੀ ਸੜਕ ਕਾਫੀ ਵਾਰ ਧੱਸ ਚੁੱਕੀ ਆ। ਦੇਖਣਾ ਇਹ ਹੋ ਗਿਆ ਕਿ ਇਸ ਇਮਾਰਤ ਜਿਹੜੀ ਹੈਗੀ ਆ ਕਿ ਕਦੋਂ ਇਸ ਦਾ ਨਿਰਮਾਣ ਪੂਰਾ ਹੁੰਦਾ ਜਾਂ ਇਸ ਦੇ ਆਲੇ ਦੁਆਲੇ ਕੁਝ ਇਸ ਤਰ੍ਹਾਂ ਦੀ ਬਾਉਂਡਰੀ ਵਾਲ ਕੀਤੀ ਜਾਂਦੀ ਹੈ ਤਾਂ ਕਿ ਅੱਗੇ ਤੋਂ ਵੱਡਾ ਹਾਦਸਾ ਨਾ ਹੋ ਸਕੇ। ਕੈਮਰਾਮੈਨ ਰੋਹਿਤ ਦੇ ਨਾਲ ਵਿਵੇਕਟਾ, ਦੈਨਿਕ ਸਵੇਰਾ ਟੀਵੀ, ਲੁਧਿਆਣਾ।